वाहगुरु जी का खालसा, वाहगुरु जी की फतेह। अज की इस वीडियो असी दर्शन करांगे तख्त श्री हजूर साहब के, उत्थों के होर लोकल गुरुद्वारों के। पर उस तो पहला प्लीज़ सबसक्राइब माई यूट्यूब चैनल एंड लाइक एंड शेयर दिस वीडियो। तो चलो दर्शन करते हैं अपन लोकल गुरुद्वारों के, तो देखते हैं उत्थे की होर देखने वाला है। सुबह 3 बजन वाले आते असी सी गोदावरी नदी के उत्ते, जिथों के सवेरे गागर भर के ते गुरु गोबिंद सिंह जी के शस्त्रां नूं इशनान करवाया जांदा। हुणे बाबा जी इत्थे आणगे ते तुसी दर्शन कर सकदे हो, जिहड़े इत्थों गागर भर के गोदावरी नदी तों ते सचखंड हजूर साहब लैके जांदे आ, ते गुरु गोबिंद सिंह जी के शस्त्रां नूं जिन्हां दे नाल इशनान करवाया जांदा। जी सवेर दे 4:30 दा टाइम आ, ते दुकाना हुणे तो लग गईयां, ते ए जोड़ा घर आ जिथे असी जोड़े जमा करवाए आ सचखंड श्री हजूर साहब जी दा। पंजवां तख्त आ रहा जी सचखंड श्री हजूर साहब अबचल नगर नदेड़। दोपहरे 12 बजे दाल छकाई जाती है, किसी भी तरह का कोई रोग हो गुरुद्वारे में यह वो दाल आ जी दाल पी के गुरु गोबिंद सिंह जी का कटार का जख्म ठीक होया। इतने भी यह दाल दोपहरे 12 बजे पिलाई जाती है। यह दाल आ संगत जी जी इतने पिलाई जाती है, मैं पी रहा सी हुण जी। ती अगर हजूर साहब आके उस तो बाद लोकल गुरुद्वारे घूमना चाहते हैं, एक तरह का साइट सींग टूर आ जोड़ा, तो तुम इतने एक वैन ज टैक्सी हायर कर सकते हो। इतने थोनों टाटा सोमो हो गई व्डिया वैन हो गई, इनोवा गड्डिया हो गई, किराए के उत्ते मिल जाएगा, जिदे 150 पर हैड का चार्ज लगता है। ठीक है, तो 150 पर हैड, तो पूरा दिन वो थोड़ा घुमा के लैके आने गए। ठीक है, हायर की सी तो वही वैन, क्योंकि असं 15-16 जने से, तो बाकी दिखाता थोड़ा मैं अगे कि जगह है लैके जाने। लोकल साइट सीइंग टूर जेड़ा तुसी वैन हायर करके देख सकते हैं, जिते जिते गुरुद्वारे लैके जाने वैन हायर की जा रहे थे, बाकी गुरुद्वारे दर्शन कर। मार्केट है इतों की छोटी जी जड़ी सचखंड हजूर साहब के नेड़े लगती है। आज इत्थे वैन तुहानू पहला स्टॉप कराउंदी आ गुरद्वारा संगत सर, जिथे पहला स्टॉप संगत सर। इसे गुरुद्वारे दे कोले एका पीर दी जगह हैगी आ, ये हैगी आ हजरत शाहिद शाह हुसैन लक्कड़ शाह बाबा। सो
ਸੁਣੇ ਬਾਬੇ ਬੜਾ ਭਰਾ ਨਾਮ ਸੈਯਦ ਸ਼ਾਹਸੈਨ ਲਕੜੀਸ਼ਾ ਫਕੀਰ ਛੋਟਾ ਭਰਾ ਨਾਮ ਸੈਯਦ ਯਕੀਨਸ਼ਾ ਫਕੀਰ ਇਹ ਦੋਨੋਂ ਸਕੇ ਭਰਾ ਸੀ ਇਹ ਕਰਤਾਰਪੁਰ ਹੀ ਜਲੰਧਰ ਕੇ ਰਹਿਣੇ ਵਾਲੇ ਜੋ ਛੀਓ ਪਾਤਸ਼ਾਹ ਨੇ ਭੇਜੀ ਤੀ ਖਜ਼ਾਨੇ ਦੀ ਰਾਖੀ ਕੇ ਲਈ ਖਜ਼ਾਨੇ ਦੀ ਰਾਖੀ ਕੀਆ ਕਰਨਾ ਚਾਹਾਂ ਪਰ ਖਜ਼ਾਨੇ ਦੀ ਰਾਖੀ ਕਰੂੰਗਾ ਲੱਕੜਸ਼ਾਹੀ ਜੋ ਆਪਣੀ ਦੱਖਣ ਕੇ ਮੁਗਲ ਬਹਾਦਰ ਸ਼ਾਹ ਨੂੰ ਪਕਾ ਲਗੀ ਆ ਕਿ ਲੱਕੜਸ਼ੇ ਪੇ ਤੋਂ ਅੱਧਾ ਖਜ਼ਾਨਾ ਬਾਕੀ ਰਹਿ ਗਿਆ ਉਹਨੇ ਆ ਕੇ ਤੰਕੀ ਲੱਕੜਸ਼ਾਹ ਮੈਂ ਖਜ਼ਾਨਾ ਦੱਸਾ ਤੇ ਤੇਰੇ ਨਾਮ ਕਾਲੀ ਸ਼ਾਹ ਨੇ ਕਿਲਾ ਬਣਾ ਦਿੱਤਾ ਇਹ ਲੱਕੜਸ਼ਾਹੀ ਜੋਬ ਦੀ ਮੇਰੇ ਪਾਸ ਖਜ਼ਾਨਾ ਹੁੰਦਾ ਤਾਂ ਮੇਰੇ ਨਾਮ ਕਾਲੀ ਸ਼ਾਹ ਨੇ ਕਿਲਾ ਬਣਾ ਲੀਤਾ ਇਹ ਤੁਝੇ ਗਲਤ ਖਬਰ ਮਿਲੀ ਕਿਸੇ ਕੀ ਅਮਾਨਤ ਸੀ ਲੱਕੜਸ਼ਾਹ ਨੂੰ ਮਾਰ ਪੜ ਕੋੜ ਬਰਦਾਸ਼ਤ ਨੇ ਕੀ ਅਰਦਾਸ਼ ਕੀ ਧਰਤੀ ਫਟੀ ਇਹ ਲੱਕੜਸ਼ਾਹ ਤੇ ਸਮਾ ਗਿਆ ਦੂਜੇ ਦੀ ਛੋਟੇ ਭਰਾ ਨੂੰ ਵੀ ਮਾਰ ਕੇ ਪੈਰਾ ਰਿਖਿਆ ਤੋਂ ਕੀ ਧਰਤੀ ਫਟੀ ਉਹ ਵੀ ਤੇ ਸਮਾ ਗਈ ਹਮ ਇਸੀ ਖਾਨਦਾਨ ਸੇ ਨਵੀਂ ਪੀੜ੍ਹੀ ਚਲੀ ਆ ਰਹੀ ਨਾ ਮੁਸਲਮਾਨ ਕੀ ਮਿੱਟੀ ਉਸ ਦੀ ਮਿਲਤਾ ਨਾ ਗੁਰਦਾਰੇ ਕਰਨੀ ਦੀ ਸੀ ਇਹ ਜੋ ਚੜਾਵਾ ਚੜਤਾ ਦਸਵਾਂ ਪਾਸ਼ਾ ਕੀ ਮਿਹਰਬਾਨੀ ਸਾਲ ਭਰ ਮੋਰੀ ਹੈ ਇਹ ਬਰਾਬਰ ਹੀ ਮੋਰੀ ਮਿਲਤੀ ਚਲੀ ਆ ਰਹੀ ਬੋਲੇ ਸੋਨੀ ਦਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਵੀਂ ਪੀੜ੍ਹੀ ਹੋਈ ਇਹ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਹੈਗਾ ਮਾਤਾ ਭਾਗ ਕੌਰ ਜੀ ਜਿਹਨੂੰ ਆਪਾਂ ਮਾਈ ਭਾਗੋ ਵੀ ਕਹਿ ਦਿੰਦੇ ਹਾਂ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਠੀਕ ਹੈ ਜੀ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਖਾਲਸਾ ਜੀ ਅਸੀਂ ਪਹੁੰਚੇ ਹਾਂ ਗੁਰਦੁਆਰਾ ਹੀਰਾ ਘਾਟ ਸਾਹਿਬ ਜਿੱਥੇ ਕਿ ਬਹਾਦਰ ਸ਼ਾਹ ਨੇ ਜਿਹੜਾ ਹੀਰਾ ਗੁਰੂ ਗੋਬਿੰਦ ਸਿੰਘ ਨੂੰ ਭੇਟ ਕੀਤਾ ਸੀ ਯਾਨੀ ਕਿ ਉਹਦੇ ਮਨ 'ਚ ਹੰਕਾਰ ਸੀ ਕਿ ਮੈਂ ਤੁਹਾਨੂੰ ਹੀਰਾ ਦੇ ਰਿਹਾ ਅਤੇ ਗੁਰੂ ਗੋਬਿੰਦ ਸਿੰਘ ਨੇ ਉਹ ਹੀਰਾ ਨਦੀ 'ਚ ਸੁੱਟਤਾ ਸੀ ਅਤੇ ਉਹ ਸਾਰੀ ਹਰੀ ਨਦੀ ਹੀਰਿਆਂ ਦੀ ਵਗਣ ਲੱਗ ਗਈ ਸੀ ਹੁਣ ਤੁਹਾਨੂੰ ਨਦੀ ਵੀ ਵਿਖਾਵਾਂਗੇ ਪਰ ਇਸ ਟਾਈਮ ਉਹ ਸੁੱਕ ਚੁੱਕੀ ਆ ਅਤੇ ਦਾਖਲ ਹੁੰਦੇ ਹਾਂ ਗੁਰਦੁਆਰੇ ਦੇ ਅੰਦਰ ਦੇਖਦੇ ਹਾਂ ਪਤਾ ਚੈਨਲ ਹੀ ਫੇਮਸ ਕਰਨਾ ਹੁੰਦਾ ਇਹ ਫੋਟੋ ਚਿੱਤਰ ਨੂੰ ਦਰਸਾ ਰਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੀਰਾ ਨਦੀ ਦੇ ਵਿੱਚ ਸੁੱਟਿਆ ਸੀ ਅਤੇ ਇਹ ਉਹ ਨਦੀ ਆ ਪਹਿਲੇ ਤਾਂ ਸੁੱਕੀ ਹੋਈ ਸੀ ਜਦੋਂ ਮੈਂ ਪਹਿਲਾਂ ਆਇਆ ਸੀ ਪਰ ਹੁਣ ਇਹ ਪੂਰੀ ਭਰੀ ਹੋਈ ਆ ਸਤਿਯੋਗੀ ਤਪ ਸਥਾਨ ਮਾਤਾ ਸਾਹਿਬ ਦੇਵਾਂ ਜੀ ਦਾ ਇਹ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦਾ ਤਪ ਸਥਾਨ ਇਹ ਗੁਰਦੁਆਰਾ ਨਿਹੰਗ ਸਿੰਘਾਂ ਦਾ ਜੀ ਕਿਉਂਕਿ ਇੱਥੇ ਨੀਲੇ ਨਿਸ਼ਾਨ ਸਾਹਿਬ ਹੈ ਸਾਧ ਸੰਗਤ ਜੀ ਆ ਅਸੀਂ ਆਏ ਸੀ ਮਾਤਾ ਜੀਤਾ ਜੀ ਦੇ ਗੁਰਦੁਆਰੇ ਅਤੇ ਇੱਥੇ ਇੱਕ ਚਿੜੀਆਘਰ ਤਾਂ ਨਹੀਂ ਕਹਿ ਸਕਦੇ ਚਾਰ ਪੰਜ ਕਸਤੂਰੀ ਹਿਰਨ ਰੱਖੇ ਹੋਏ ਆ ਅਤੇ ਇੱਕ ਸਿੰਘਾਂ ਵਾਲਾ ਜਾਣੀ ਕਿ ਜਿਹਦੇ ਸਿੰਘ ਉਹ ਕਰੇ ਕਸਤੂਰੀ ਹਿਰਨ ਨਹੀਂ ਹੁੰਦਾ ਕਸਤੂਰੀ ਹਿਰਨ ਦੀ ਨਿਸ਼ਾਨੀ ਆ ਅਤੇ ਉਹਦੇ ਸਿੰਘ ਨਹੀਂ ਹੁੰਦੇ ਘਾਟ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਨਾਲ ਇੱਕ ਸਾਹਿਬ ਦਾ ਸ਼ਿਕਾਰ ਕੀਤਾ ਸੀ ਅਤੇ ਜਦੋਂ ਗੁਰਦੁਆਰੇ 'ਚ ਆਪਾਂ ਐਂਟਰ ਹੁੰਦੇ ਹਾਂ ਖੱਬੇ ਹੱਥ ਇੱਕ ਤਲਾਬ ਬਣਿਆ ਹੋਇਆ ਸਰੋਵਰ ਅਗਰ ਦੂਸਰੀ ਤਰਫ ਦੇਖੋ ਤੁਸੀਂ ਸ਼ਿਕਾਰਘਾਟ ਗੁਰਦੁਆਰਾ ਸਾਹਿਬ ਦੀ ਇੱਕ ਇਮਾਰਤ ਬਣੀ ਹੋਈ ਆ ਅਤੇ ਇਸ ਤਰਫ ਸਰੋਵਰ ਬਣਿਆ ਹੋਇਆ ਇਸ਼ਨਾਨ ਕਰਨ ਸ਼ਿਕਾਰਘਾਟ ਗੁਰਦੁਆਰਾ ਸਾਹਿਬ ਹੈਲੋ ਜੀ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਨਾਮ ਤਾਂ ਇਹਦਾ ਕੋਈ ਪਤਾ ਨਹੀਂ ਕੀ ਆ ਬਟ ਇਹ ਸਰੋਵਰ ਆ ਗੁਰਦੁਆਰੇ ਦਾ ਸਾਖੀ ਗੁਰਦੁਆਰਾ ਨਾਨਕ ਗੁਰੀ ਸਾਹਿਬ ਦੀ ਇਸ ਅਸਥਾਨ ਤੇ ਬਹੁਤ ਵੱਡਾ ਪਿੱਪਲ ਦਾ ਝਾੜ ਸੀ
ਝਾੜ ਦੇ ਹੇਠ ਦੋ ਸਿੰਘ ਰਹਿੰਦੇ ਸੀ। ਉਹਨਾਂ ਦਾ ਨਾਂ ਮੰਗਲ ਅਤੇ ਦੰਗਲ ਨਾਥ ਅਤੇ ਗੋਰਖਨਾਥ ਮਛਿੰਦਰ ਨਾਂ ਦੇ ਚੇਲੇ ਗੋਰਖਨਾਥ ਦਾ ਪ੍ਰਚਾਰ ਕਰਦੇ ਸੀ, ਗੋਰਖਨਾਥ ਨੂੰ ਗੁਰੂ ਮੰਨਦੇ ਸੀ। ਪੰਜ ਦਿਨਾਂ ਤੋਂ ਬਾਅਦ ਫਿਰ ਮਹਾਰਾਜ ਦੇ ਚਰਨੀ ਲੱਗ ਗਏ, ਮਹਾਰਾਜ ਗੁਰ ਹੋ ਗਈ ਬਖਸ਼ ਲਓ ਅਤੇ ਸੇਕੇ ਇੱਥੋਂ ਵਿਦਰ ਨਾਨਕ ਝੇਰਾ ਸਾਹਿਬ ਗਏ। ਉਹ ਜਿਹੜਾ ਪਿੱਪਲ ਦਾ ਝਾੜ ਆਪਣੀ ਉਮਰ ਪਾ ਕੇ ਸਮਾਪਤ ਹੋ ਗਿਆ, ਉਸ ਤੋਂ ਉਪਰੰਤ ਇਸ ਗੁਰਦੁਆਰੇ ਦੀ ਕਾਰ ਸੇਵਾ ਸਾਧ ਸੰਗਤ ਵੱਲੋਂ ਹੁੰਦੀ ਹੈ। ਹਾਂ ਜੀ, ਉਸ ਘਰ ਦੁਆਰੇ ਦੇ ਅੰਦਰ ਉਹ ਦੀਵਾਰ ਆ, ਉਹ ਕੰਧ ਆ, ਜਿੱਥੇ ਕੋਈ ਆਪਣੀ ਮਨੋਕਾਮਨਾ ਕੰਧ ਦੇ ਉੱਤੇ ਲਿਖ ਕੇ ਜਾਂਦਾ ਅਤੇ ਮੰਨਿਆ ਜਾਂਦਾ ਕਿ ਉਹਦੀ ਹਰ ਮਨੋਕਾਮਨਾ ਪੂਰੀ ਹੋ ਜਾਂਦੀ ਆ। ਲੋਕ ਕੋਇਲੇ ਨਾਲ, ਸਕੈਚ ਪੈੱਨ ਦੇ ਨਾਲ, ਪੈਨਸਲ ਨਾਲ ਅਤੇ ਹੋਰ ਮਾਰਕਰ ਪੈੱਨ ਦੇ ਨਾਲ ਸਾਰਾ ਕੁਛ ਲਿਖਦੇ ਆ। ਮੈਂ ਅੰਦਰ ਵੀ ਅੰਦਰ ਆ ਜ਼ਿਆਦਾ ਹੁਣ ਕਰਕੇ ਮੰਦਰ ਗਿਆ ਜੀ, ਅਤੇ ਅੰਦਰ ਵੀ ਸੇਮ ਇਸੇ ਤਰ੍ਹਾਂ ਉਹ ਬਣਿਆ ਹੋਇਆ ਹੈ। ਜੀ ਚੰਦਨ ਦਾ ਦਰਖਤ ਆ, ਪਰ ਇੱਥੇ ਕੋਈ ਸੱਪ ਤਾਂ ਵੈਸੇ ਲੇਟਿਆ ਨੀਗਾ, ਕਹਿੰਦੇ ਆ ਚੰਦਨ ਦੇ ਨਾਲ ਹਮੇਸ਼ਾ ਸੱਪ ਲਿਪਟੇ ਰਹਿੰਦੇ ਆ, ਤੇ ਕਿਹਾ ਜਾਂਦਾ ਕਿ ਇਹ ਚੰਦਨ ਦਾ ਬੂਟਾ ਹੈ। ਇਹ ਗੁਰਦੁਆਰਾ ਸਾਧ ਸੰਗਤ ਜੀ ਨਗੀਨਾ ਘਾਟ, ਇਹ ਤੁਸੀਂ ਇਤਿਹਾਸ ਦੇਖ ਸਕਦੇ ਹੋ, ਇੱਥੋਂ ਦਾ ਸਕਰੀਨ ਸ਼ੋਟ ਲੈ ਕੇ ਤੁਸੀਂ ਪੜ੍ਹ ਲਿਓ ਬਾਅਦ 'ਚ ਇਹਨੂੰ ਵੀਡੀਓ ਪੋਸਟ ਕਰਕੇ। ਇਹ ਨਿਸ਼ਾਨ ਸਾਹਿਬ ਇੱਥੋਂ ਦਾ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਗੀਨਾ ਭੇਟ ਕੀਤਾ ਸੀ ਕਿਸੇ ਨੇ, ਅਤੇ ਉਹ ਗੁਰੂ ਜੀ ਨੇ ਨਦੀ ਵਿੱਚ ਸੁੱਟਤਾ ਸੀ, ਕਹਿੰਦਾ ਸਾਨੂੰ ਨਗੀਨਿਆਂ ਦੀ ਨਹੀਂ ਲੋੜ। ਇਹ ਪਿੱਛੇ ਗੋਦਾਵਰੀ ਨਦੀ ਹੈ ਜੀ, ਨਗੀਨਾ ਘਾਟ ਗੁਰਦੁਆਰੇ ਦੇ ਪਿੱਛੇ। ਮੈਂ ਦਰਸ਼ਨ ਕਰੋ ਜੀ ਇਤਿਹਾਸਕ ਗੁਰਦੁਆਰਾ ਬੰਦਾ ਘਾਟ ਸਾਹਿਬ ਜੀ। ਇਹ ਉਹ ਗੁਰਦੁਆਰਾ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ, ਪਹਿਲਾਂ ਵਾਲੇ ਗੁਰਦੁਆਰੇ ਤੋਂ ਨਗੀਨਾ ਘਾਟ ਤੋਂ ਥੋੜ੍ਹੇ ਜਿਹੇ ਅੱਗੇ ਆ। ਇਸ ਜਗ੍ਹਾ 'ਤੇ ਮਾਧੋ ਦਾਸ ਬਰਾਗੀ ਜੀ ਰਹਿੰਦੇ ਸੀ, ਉਹਨਾਂ ਦਾ ਡੇਰਾ ਸੀ, ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲੇ ਸੀ, ਅਤੇ ਮਾਧੋ ਦਾਸ ਬਰਾਗੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਹਾਦਰ ਬਣਿਆ। ਇਸ ਜਗ੍ਹਾ ਦੇ ਉੱਤੇ ਪਹਿਲੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਮਾਧੋ ਦਾਸ ਬਰਾਗੀ ਜੀ ਦੀ ਹੋਈ ਸੀ। ਇਹ ਗੁਰਦੁਆਰਾ ਉੱਥੇ ਜਿੱਥੇ ਉਹਨੇ ਬੰਦਾ ਸਿੰਘ ਬਹਾਦਰ ਸੱਜ ਗਿਆ ਸੀ ਬਾਅਦ ਵਿੱਚ। ਗੋਦਾਵਰੀ ਨਦੀ ਜੀ, ਗੋਦਾਵਰੀ ਨਦੀ। ਇਹ ਗੁਰਦੁਆਰਾ ਹੈਗਾ ਜੀ ਗੋਬਿੰਦ ਬਾਗ, ਇਹ ਇੱਕ ਤਰ੍ਹਾਂ ਦਾ ਬਾਗ ਆ ਅਤੇ ਬਾਗ ਦੇ ਅੰਦਰ ਹੀ ਗੁਰਦੁਆਰਾ ਬਣਿਆ ਗੋਬਿੰਦ। ਇੱਥੇ ਲੇਜਰ ਸ਼ੋਅ ਵੀ ਹੁੰਦਾ ਸੀ ਅੱਗੇ ਰਾਤ ਨੂੰ, ਬਟ ਹੁਣ ਤਕਨੀਕੀ ਪ੍ਰੋਬਲਮ ਕਰਕੇ ਕਰੋਨਾ ਵਾਇਰਸ ਦੀ ਅਤੇ ਲੇਜਰ ਸ਼ੋਅ ਬੰਦ ਕੀਤਾ ਹੋਇਆ। ਇਹ ਜੀ ਗੁਰਦੁਆਰਾ ਗੋਬਿੰਦ ਬਾਗ। ਬਦਲ ਰਿਹਾ ਦੀਪੂ